ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵੇਲੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਉੱਪਰ ਲਗਾਏ ਗਏ ਇੱਕ ਟ੍ਰੈਪ ਦੇ ਵਿੱਚ 5 ਦੋਸ਼ੀਆਂ ਨੂੰ 3 ਪਿਸਤਲਾਂ ਸਣੇ ਕਾਬੂ ਕੀਤਾ ਤੇ ਗ੍ਰਿਫਤਾਰ ਕੀਤਾ ਗਿਆ। ਸੋ ਆਰੋਪੀ ਵੱਡੀ ਫਿਰੌਤੀ ਮੰਗਣ ਦੇ ਲਈ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਾ ਰਹੇ ਸੀ ਜਿੱਥੇ ਕਿ CIS ਸਟਾਫ ਦੀ ਪੁਲਿਸ ਨੇ ਇਹਨਾਂ ਨੂੰ ਟ੍ਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ। ਸੋ 2 ਪੁਲਿਸ ਨੇ ਇਹਨਾਂ ਮੁਲਜ਼ਮਾਂ ਦੇ ਕੋਲੋਂ 3 ਪਿਸਤਲ ਅਤੇ ਕੁਝ ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਨੇ। ਮਾਨਯੋਗ CM ਸਾਹਿਬ ਤੇ ਮਾਨਯੋਗ DG ਸਾਹਿਬ ਤੇ DAG ਪਟਿਆਲਾ ਰੇਂਜ ਦੇ ਇੰਸਟਰਕਸ਼ਨਸ ਤੇ ਜਿਹੜਾ ਅਸੀਂ ਪ੍ਰੀਵੈਂਟਿਵ ਕੰਮ ਕਰ ਰਹੇ ਹਾਂ ਕਿ ਕੋਈ ਵੀ ਕ੍ਰਾਈਮ ਤੋਂ ਹੋਣ ਤੋਂ ਰੋਕਿਆ ਜਾਵੇ ਅਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਅਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ। ਉਸ ਦੀ ਲੜੀ ਵਿੱਚ ਜਿਹੜੀਆਂ ਟੀਮਸ ਬਣਾਈਆਂ ਗਈਆਂ ਸੀ ਅੰਡਰ ਦਾ ਲੀਡਰਸ਼ਿਪ ਆਫ SPD, DSPD ਅਤੇ ਇੰਚਾਰਜ CIE, ਇਹਨਾਂ ਨੇ ਰਿਕਵਰੀ ਕੀਤੀ ਹੈ। 3 ਵੈਪਨ ਬਰਾਮਦ ਹੋਏ ਨੇ ਅਤੇ ਨਾਲ 18 ਜਿਹੜੇ ਨੇ ਰਾਊਂਡ ਬਰਾਮਦ ਹੋਏ। ਇਹਦੇ 'ਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ 32 ਬੋਰ ਦਾ ਪਿਸਟਲ ਹੈ ਜਿਹੜਾ, ਇਹ ਪਾਤੜਾਂ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ, ਗੁਰਸੇਵਕ ਉਰਫ ਸੇਵਕ ਸਿੰਘ, ਅਤੇ ਬਾਅਦ 'ਚ ਦੂਜਾ ਇੱਕ ਹੋਰ ਬੰਦਾ ਇਹਦੇ 'ਚ ਨੋਮੀਨੇਟ ਹੋਇਆ ਸੀਗਾ ਜਿਸਦਾ ਕਿ ਨਾਮ ਹੈਗਾ ਸੰਦੀਪ ਸਿੰਘ ਉਰਫ ਸੁੱਖਾ। ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ। ਇਸ ਤੋਂ ਇਲਾਵਾ 3 ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ 'ਚ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਹੈ, ਇਹ ਮਾਨਸਾ ਦਾ ਰਹਿਣ ਵਾਲਾ, ਹਰਬੰਸ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ, ਅਤੇ ਸੁਖਵਿੰਦਰ ਉਰਫ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ। ਜਿਹੜੇ ਪਹਿਲਾਂ 2 ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾਂ ਵਾਲੇ ਕੇਸ 'ਚ, ਉਹਦੇ 'ਚੋਂ ਵੀ ਇੱਕ ਮਾਨਸੇ ਦਾ ਅਤੇ ਇੱਕ ਮੁਕਤਸਰ ਸਾਹਿਬ ਦਾ। ਸੋ ਟੋਟਲ 5 ਬੰਦੇ ਇਹਦੇ 'ਚ ਅਰੈਸਟ ਹੋਏ ਨੇ, 3 ਵੈਪਨ ਬਰਾਮਦ ਹੋਏ। ਇਹਨਾਂ ਦੀ ਜਿਹੜੀ ਹਿਸਟਰੀ ਹੈ, ਇਹਨਾਂ 'ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫੋਰ 1 ਅਕਿਊਜ਼ ਜਿਹੜਾ ਬੋਬੀ ਹੈ। ਜਿਹੜੇ ਬਾਕੀ ਬੰਦੇ ਨੇ ਇਹਨਾਂ 'ਤੇ 307 ਦੇ ਵੀ ਪਰਚੇ ਨੇ, 302 ਦੇ ਵੀ ਪਰਚੇ ਨੇ ਅਤੇ ਆਰਮਸ ਐਕਟ ਦੇ ਵੀ ਪਰਚੇ, 379B ਲੁੱਟਾਂ ਖੋਹਾਂ ਦਾ ਵੀ ਪਰਚੇ ਹੈਗੇ ਇਹਨਾਂ 'ਤੇ। ਇਹਨਾਂ ਨੇ 2 ਜਗ੍ਹਾ 'ਤੇ ਰੈਕੀ ਵੀ ਕੀਤੀ ਅਤੇ ਐਕਸਟੋਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ। ਉਹ ਅਜੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਪ੍ਰੋਪਰ ਡਿਟੇਲ 'ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ 'ਤੇ ਸੀਗੇ। ਬਟ ਦੈਟ ਇਜ਼ ਵੈਰੀ ਸ਼ੋਰ ਕਿ ਐਕਸਟੋਰਸ਼ਨ ਦਾ ਇਹ ਕੰਮ ਕਰ ਰਹੇ ਸੀਗੇ, ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ, ਬੱਚਿਆਂ ਦਾ ਨੁਕਸਾਨ ਕਰਾਂਗੇ, ਤੁਹਾਡਾ ਨੁਕਸਾਨ ਕਰਾਂਗੇ। ਉਹ ਜਿਹੜੇ ਅਕਿਊਜ਼ ਜਿਹੜੇ ਆਪਣੇ ਇਹਦੇ 'ਚ ਮਦਈ ਨੇ, ਜਿਹੜੇ ਪਰਚੇ ਦਰਜ ਹੋਏ ਆ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ, ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਲਏ ਸੀ। ਇਹ ਸਾਰੇ ਪਟਿਆਲੇ ਤੋਂ ਹੀ ਅਰੈਸਟ ਹੋਏ। ਹੁਣ ਤੱਕ ਕਿੰਨੇ ਥ੍ਰੈਟ ਫੇਸ ਕਰਨੇ, ਕਿੰਨੇ ਇਨਵੈਸਟੀਗੇਸ਼ਨ 'ਚ ਹਜੇ ਰਿਮਾਂਡ ਲਵਾਂਗੇ, ਰਿਮਾਂਡ 'ਚ ਫਿਰ ਪੁੱਛਗਿੱਛ ਹੋਊਗੀ ਪ੍ਰੋਪਰ। ਜਿਹੜੀ ਹਜੇ ਤੱਕ ਸਾਡੀ ਤਫਤੀਸ਼ ਹੈ, ਜਿਹੜੇ ਵੱਡੇ ਕਾਰੋਬਾਰੀਆਂ ਨੂੰ ਇਹ ਟਾਰਗੇਟ ਕਰਦੇ ਸੀ ਬੇਸਿਕਲੀ, ਪਹਿਲਾਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ, ਫਿਰ ਉਹਨਾਂ ਨੂੰ ਫੋਨ ਕਰਦੇ ਸੀ, ਡਰਾਉਂਦੇ ਧਮਕਾਉਂਦੇ ਸੀ। ਸਪੈਸੀਫਿਕ ਹਜੇ ਮੈਂ ਨਹੀਂ ਦੱਸ ਸਕਦਾ ਬਿਕੋਜ਼ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈਗੀ, ਬਟ 2 ਚੀਜ਼ਾਂ ਇਹਦੇ 'ਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੈਕੀ ਆਲਰੇਡੀ ਕੀਤੀ ਹੋਈ ਸੀ ਕਿਸੇ ਦੀ, ਅਤੇ ਦੂਜੀ ਚੀਜ਼ ਜਿਹੜੀ ਹੈ ਦੈਟ ਇਜ਼ ਵੈਰੀ ਸਰਟਨ ਕਿ ਇਹਨਾਂ ਨੇ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਲਿਆ ਗਿਆ। ਸਰ ਇਹਨਾਂ ਦਾ ਗੈਂਗ ਕਿਵੇਂ ਬਣਿਆ ਦੱਸਿਆ ਇਹਨਾਂ ਨੇ? ਇਹ ਜੇਲ੍ਹ 'ਚ ਇਕੱਠੇ ਰਹੇ ਸੀ, ਜੇਲ੍ਹ 'ਚ ਇਹਨਾਂ ਦੀ ਆਪਸ 'ਚ ਮੁਲਾਕਾਤ ਵੀ ਹੋਈ, ਆਪਸ 'ਚ ਗੱਲਾਂ ਬਾਤਾਂ ਵੀ ਹੋਈਆਂ ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਪਟਿਆਲਾ 'ਚ ਇਹਨਾਂ ਦਾ ਕੀ ਕਨੈਕਸ਼ਨ, ਕੋਈ ਸ਼ਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀ, ਉਹ ਵਾਪਸ ਚਲੇ ਜਾਂਦੇ ਸੀ, ਕੀ ਰਕਮ ਪਟਿਆਲੇ